Once again, welcome back to the program. ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਂਗੇ ਨਵਨੀਤ ਬੇਨਸ ਨਾਲ ਜਿਹੜੇ ਕਿ ਕਾਉਂਸਲਰ ਨੇ ਤੇ ਅੱਜ ਗੱਲ ਕਰਾਂਗੇ ਕਾਉਂਸਲਿੰਗ ਦੇ ਸੰਬੰਧ ਵਿੱਚ ਕਾਉਂਸਲਿੰਗ ਦੀ ਕੀ ਇੰਪੋਰਟੈਂਸ ਹੈ ਆਮ ਤੌਰ ਤੇ ਸਾਡੇ ਭਾਈਚਾਰੇ ਵਿੱਚ ਇਹੀ ਇੱਕ ਮਨ ਵਿੱਚ ਗੱਲ ਬੈਠੀ ਹੋਈ ਕਿ ਕਾਉਂਸਲਰਸ ਜਿਹੜੇ ਨੇ ਬਜਾਏ ਕਿ ਮਦਦ ਕਰਨ ਇਸ ਸਿਚੁਏਸ਼ਨ ਨੂੰ ਹੋਰ ਖਰਾਬ ਕਰ ਦਿੰਦੇ ਨੇ ਸੋ ਕਾਉਂਸਲਿੰਗ ਅਸਲ ਵਿੱਚ ਕੀ ਹੈ ਤੇ ਕਿਉਂ ਇਸ ਦੀ ਇੰਪੋਰਟੈਂਸ ਹੈਗੀ ਹੈ ਤੇ ਕਿਸ ਤਰੀਕੇ ਨਾਲ ਅਸੀਂ ਬੈਨੀਫਿਟ ਲੈ ਸਕਦੇ ਹਾਂ ਔਰ ਇਸ ਸੰਬੰਧ ਵਿੱਚ ਅੱਜ ਗੱਲਬਾਤ ਕਰਦੇ ਹਾਂ ਨਵਨੀਤ ਬੇਨਸ ਨਾਲ ਵੈਲਕਮ ਟੂ ਦ ਪ੍ਰੋਗਰਾਮ ਥੈਂਕ ਯੂ ਹਰਪ੍ਰੀਤ ਸਿੰਘ ਜੀ ਥੈਂਕ ਯੂ ਜੀ ਸੋ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰੀ ਜੀ ਕਾਉਂਸਲਿੰਗ ਹੁੰਦੀ ਕੀ ਹੈ ਜੀ ਕਾਉਂਸਲਿੰਗ ਜਿਹੜੀ ਹੈ ਉਹ ਬੇਸਿਕਲੀ ਹੁੰਦੀ ਹੈ ਕਿ ਤੁਸੀਂ ਜਾਣਦੇ ਹੋ ਕਾਉਂਸਲਰ ਦੇ ਕੋਲ ਐਂਡ ਆਪਣੇ ਇਸ਼ੂਜ਼ ਜਿਹੜੇ ਉਹਨੂੰ ਡਿਸਕਸ ਕਰਦੇ ਹੋ ਰਾਈਟ ਐਂਡ ਜੋ ਵੀ ਤੁਹਾਨੂੰ ਬੋਦਰ ਕਰ ਰਿਹਾ ਤੁਸੀਂ ਉਹ ਸ਼ੇਅਰ ਕਰ ਸਕਦੇ ਹੋ ਇਨ ਕੌਨਫੀਡੈਂਸ ਜਿੱਥੇ ਕਿ ਕੌਨਫੀਡੈਂਸ਼ੀਅਲ ਰੱਖੀ ਜਾਂਦੀ ਹੈ ਸਾਰੀ ਇਨਫੋਰਮੇਸ਼ਨ ਸੋ ਉੱਥੇ ਫਿਰ ਜਿਹੜਾ ਕਾਉਂਸਲਰ ਹੈ ਤੁਹਾਨੂੰ ਇਨਵਾਇਰਮੈਂਟ ਪ੍ਰੋਵਾਈਡ ਕਰਦਾ ਕਿ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਉਹਨੂੰ ਕਹਿ ਸਕੋ ਐਂਡ ਦੈਨ ਸਲੋਲੀ ਸਲੋਲੀ ਤੁਸੀਂ ਆਪਣੇ ਆਪ ਹੀ ਤੁਹਾਨੂੰ ਉਹਦੇ ਐਂਸਰ ਜਿਹੜੇ ਨੇ ਉਹਦੇ ਪਤਾ ਲੱਗਦੇ ਨੇ ਐਂਡ ਤੁਹਾਨੂੰ ਰੈਫਰ ਵੀ ਕੀਤਾ ਜਾਂਦਾ ਹੈ ਕਿ ਜਿਹੜਾ ਤੁਹਾਡਾ ਇਸ਼ੂ ਹੈ ਉਹਦੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਹੈਲਪ ਜਿਹੜੀ ਹੈ ਕਿਹੜੇ ਏਰੀਏ ਤੋਂ ਤੁਹਾਨੂੰ ਮਿਲ ਸਕਦੀ ਹੈ ਐਂਡ ਹੋ ਸਕਦਾ ਤੁਸੀਂ ਉਸੇ ਕਾਉਂਸਲਰ ਨਾਲ ਹੀ 2 ਮਹੀਨੇ ਜਾਂ ਮਹੀਨਾ ਜਿੰਨੀਆਂ ਵੀ ਅਪੁਆਇੰਟਮੈਂਟਸ ਲੈ ਸਕਦੇ ਹੋ ਲੈ ਕੇ ਤੇ ਤੁਹਾਨੂੰ ਆਪਣੇ ਜਿਹੜੇ ਇਸ਼ੂਜ਼ ਨੇ ਉਹ ਸੋਰਟ ਆਊਟ ਹੋ ਜਾਂਦੇ ਨੇ ਐਂਡ ਤੁਸੀਂ ਫਿਰ ਮੂਵ ਫੋਰਵਰਡ ਕਰ ਜਾਂਦੇ ਹੋ ਆਪਣੇ ਲਾਈਫ ਦੇ ਵਿੱਚ ਓਕੇ ਘਰ ਦੇ ਵਿੱਚ ਇੱਕ ਦੂਸਰੇ ਨਾਲ ਗੱਲ ਕਰਨੀ ਇਹ ਵੀ ਇੱਕ ਤਰ੍ਹਾਂ ਦੀ ਕਾਉਂਸਲਿੰਗ ਹੈਗੀ ਹੈ ਸੋ ਘਰ ਦੇ ਵਿੱਚ ਕਿਉਂ ਨਹੀਂ ਕਾਉਂਸਲਿੰਗ ਹੋ ਸਕਦੀ ਅੱਜ ਦੇ ਇਸ ਮਾਹੌਲ ਦੇ ਵਿੱਚ ਤੇ ਕਿਉਂ ਤੁਸੀਂ ਸਮਝਦੇ ਹੋ ਕਿ ਕਾਉਂਸਲਰ ਜਿਹੜਾ ਹੈ ਉਹ ਇੱਕ ਬੈਟਰ ਐਡਵਾਈਸ ਦੇ ਸਕਦਾ ਹੈ ਇੱਥੇ ਜਿਹੜਾ ਕ੍ਰੋਸ ਕਲਚਰ ਹੈ ਉਹ ਬਹੁਤ ਇੰਪੋਰਟੈਂਸ ਰੱਖਦਾ ਇੰਡੀਆ ਦੇ ਵਿੱਚ ਕਾਉਂਸਲਿੰਗ ਜਿਹੜੀ ਸੀ ਉਹ ਘਰ ਵਿੱਚ ਹੀ ਹੁੰਦੀ ਸੀ ਕਿਉਂਕਿ ਜੁਆਇੰਟ ਫੈਮਿਲੀਜ਼ ਰਹਿੰਦੇ ਸੀ ਜਾਂ ਪੰਚਾਇਤ ਹੁੰਦੀ ਸੀ ਉੱਥੇ ਇਸ਼ੂਜ਼ ਜਿਹੜੇ ਸੀ ਉਹਨਾਂ ਨੂੰ ਲਿਆਂਦਾ ਜਾਂਦਾ ਸੀ ਜਦੋਂ ਕਿ ਜਿਹੜਾ ਇਸ਼ੂ ਤੁਹਾਡਾ ਘਰ ਵਿੱਚ ਸੋਲਵ ਨਹੀਂ ਸੀ ਹੁੰਦਾ ਜਾਂ ਜ਼ਿਆਦਾ ਇੱਦਾਂ ਦਾ ਇਸ਼ੂ ਹੁੰਦਾ ਜਿਹਦੇ ਨਾਲ ਦੂਜਿਆਂ ਨੂੰ ਇਫੈਕਟ ਪੈਂਦਾ ਸੀ ਉਹ ਫਿਰ ਪੰਚਾਇਤ 'ਚ ਲੈ ਜਾਂਦੇ ਸੀ ਪਰ ਹੁਣ ਜਾਂ ਫਿਰ ਪੁਲਿਸ ਸੱਦੀ ਜਾਂਦੀ ਹੈ ਉਸ ਤੋਂ ਬਾਅਦ ਨੈਕਸਟ ਸਟੈਪ ਤਾਂ ਉਹੀ ਹੁੰਦਾ ਪਰ ਹੁਣ ਅਸੀਂ ਇੱਥੇ ਕੈਨੇਡਾ 'ਚ ਰਹਿ ਕੇ ਕਾਉਂਸਲਿੰਗ ਜਿਹੜੀ ਆ ਉਹ ਵੈਰੀ ਡਿਫਰੈਂਟ ਹੈ ਕਿਉਂਕਿ ਐਵਰੀ ਮੈਂਬਰ ਇਜ਼ ਵਰਕਿੰਗ ਕਿਸੇ ਕੋਲ ਟਾਈਮ ਨਹੀਂ ਹੈਗਾ ਅਤੇ ਕਈ ਵਾਰੀ ਤੁਸੀਂ ਉਸ ਇਨਸਾਨ ਨਾਲ ਹੀ ਰਹਿੰਦੇ ਹੁੰਦੇ ਹੋ ਜਿਹੜੀ ਤੁਹਾਡੀ ਗੱਲ ਨਹੀਂ ਸੁਣਨਾ ਚਾਹੁੰਦਾ ਸੋ ਤੁਹਾਨੂੰ ਆਈਸੋਲੇਸ਼ਨ ਵੀ ਹੁੰਦੀ ਹੈ ਐਂਡ ਇਹ ਵੀ ਇੱਕ ਰੀਜ਼ਨ ਹੈ ਕਿ ਵਾਈ ਯੂ ਨੀਡ ਟੂ ਸੋਰਟ ਆਊਟ ਟੂ ਲੁੱਕ ਆਊਟ ਫੋਰ ਕਾਉਂਸਲਿੰਗ ਤਾਂ ਕਿ ਤੁਸੀਂ ਬਾਹਰ ਜਾ ਕੇ ਸ਼ੇਅਰ ਕਰ ਸਕੋ ਦੂਸਰੀ ਗੱਲ ਹੈ ਕਿ ਇੱਥੇ ਨੇਬਰਸ ਕੋਲ ਵੀ ਟਾਈਮ ਨਹੀਂ ਹੈਗਾ ਕਿ ਤੁਹਾਡੀ ਗੱਲ ਸੁਣ ਸਕਣ ਕੰਮ 'ਤੇ ਵੀ ਉਹਨਾਂ ਕੋਲ ਟਾਈਮ ਨਹੀਂ ਹੈਗਾ ਦੇ ਗਿਵ ਯੂ 10 ਮਿੰਟ ਬ੍ਰੇਕ ਉਸ ਤੋਂ ਬਾਅਦ ਤੁਸੀਂ ਕਾਫੀ ਪੀ ਕੇ ਵਾਪਸ ਆ ਜਾਂਦੇ ਹੋ ਸੋ ਸਮ ਪੀਪਲ ਆਰ ਲੱਕੀ ਜਿਨ੍ਹਾਂ ਕੋਲ ਇਹ ਸਪੋਰਟ ਹੈਗੀ ਆਈ ਐਮ ਨੋਟ ਸੇਇੰਗ ਕਿ ਐਵਰੀ ਸਿੰਗਲ ਪਲੇਸ ਯੂ ਡੋਂਟ ਹੈਵ ਪੀਪਲ ਹੂ ਕੈਨ ਟਾਕ ਟੂ ਯੂ ਪਰ ਮੋਸਟਲੀ ਤੁਹਾਨੂੰ ਉਹ ਟਾਈਮ ਨਹੀਂ ਦੇ ਸਕਦੇ ਐਂਡ ਦੈਟਸ ਦ ਰੀਜ਼ਨ ਵਾਈ ਜੇ ਤੁਹਾਨੂੰ ਲੱਗੇ ਕਿ ਤੁਸੀਂ ਆਈਸੋਲੇਟ ਫੀਲ ਕਰ ਰਹੇ ਹੋ ਤੁਸੀਂ ਕਿਸੇ ਨਾਲ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਨਹੀਂ ਕਰ ਪਾ ਰਹੇ ਦੈਨ ਇਟਸ ਦ ਬੈਸਟ ਥਿੰਗ ਟੂ ਹੈਵ ਅ ਕਾਉਂਸਲਰ ਔਰ ਤੁਹਾਨੂੰ ਲੱਗੇ ਕਿ ਤੁਹਾਡਾ ਫੈਮਿਲੀ ਮੈਂਬਰ ਜਿਹੜਾ ਉਹ ਕੁਛ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਨਹੀਂ ਹੈਲਪ ਕਰ ਪਾ ਰਹੇ ਤੁਹਾਨੂੰ ਨਹੀਂ ਪਤਾ ਕਿਉਂਕਿ ਪ੍ਰੋਫੈਸ਼ਨਲ ਡੂ ਹੈਵ ਐਜੂਕੇਸ਼ਨ ਬੈਕਗਰਾਊਂਡ ਟੂ ਅੰਡਰਸਟੈਂਡ ਦ ਸਿਚੁਏਸ਼ਨ ਐਂਡ ਦੈਨ ਦੇ ਕੈਨ ਰੈਫਰ ਦੈਮ ਵੇਅਰ ਦੇ ਨੀਡ ਟੂ ਬੀ ਰੈਫਰਡ ਕੋਈ ਸਪੈਸ਼ਲ ਕਿਸਮ ਦੀ ਐਜੂਕੇਸ਼ਨ ਹੁੰਦੀ ਹੈ ਜੀ ਜਿਹੜੇ ਕਾਉਂਸਲਰ ਜਿਹੜੇ ਪਾਠੇ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਹਾਂਜੀ ਇਹਦੇ ਵਿੱਚ ਕਈਆਂ ਨੇ ਸਾਈਕੋਲੋਜੀ 'ਚ ਡਿਗਰੀ ਕੀਤੀ ਹੁੰਦੀ ਹੈ ਐਂਡ ਕਈਆਂ ਨੇ ਡਿਪਲੋਮਾ ਕੀਤਾ ਹੁੰਦਾ ਸੋਸ਼ਲ ਵਰਕ ਦਾ ਕਈਆਂ ਨੇ ਕਮਿਊਨਿਟੀ ਸਰਵਿਸਿਜ਼ ਦਾ ਡਿਪਲੋਮਾ ਕੀਤਾ ਹੁੰਦਾ ਅਤੇ ਉਸ ਤੋਂ ਬਾਅਦ ਫਿਰ ਸਾਈਕੋਲੋਜਿਸਟ ਹੁੰਦੇ ਨੇ ਐਂਡ ਸਾਈਕਾਇਟ੍ਰਿਸਟ ਹੁੰਦੇ ਨੇ ਸੋ ਜਿਹੜੇ ਕਾਉਂਸਲਰ ਜਿਹੜੀ ਕਾਉਂਸਲਿੰਗ ਹੈ ਉਹ ਐਕਚੁਲੀ ਬੇਸਿਕ ਹੈ ਐਟ ਦ ਬਿਗਨਿੰਗ ਬਿਗਨਿੰਗ ਵਿੱਚ ਜੋ ਤੁਹਾਨੂੰ ਪਤਾ ਲੱਗਦਾ ਇਸ਼ੂ ਦਾ ਜਾਂ ਤੁਹਾਨੂੰ ਲੱਗਦਾ ਤੁਸੀਂ ਆਪ ਨਹੀਂ ਰਿਜ਼ੋਲਵ ਕਰ ਪਾ ਰਹੇ ਸੋ ਕਾਉਂਸਲਿੰਗ ਪਹਿਲਾਂ ਸਟੈਪ ਜਿਹੜਾ ਕਾਉਂਸਲਿੰਗ ਦਾ ਕਈ ਵਾਰੀ ਤੁਹਾਨੂੰ ਨਹੀਂ ਪਤਾ ਹੁੰਦਾ ਤੁਹਾਨੂੰ ਕਾਉਂਸਲਿੰਗ ਚਾਹੀਦੀ ਹੈ ਤੁਸੀਂ ਡਾਕਟਰ ਕੋਲ ਜਾਂਦੇ ਹੋ ਡਾਕਟਰ ਨੂੰ ਪਤਾ ਹੁੰਦਾ ਤੁਹਾਨੂੰ ਕਾਉਂਸਲਿੰਗ ਦੀ ਲੋੜ ਹੈ ਸੋ ਦੇ ਸੈਂਡ ਯੂ ਟੂ ਕਾਉਂਸਲਰਸ ਅਤੇ ਜੇ ਲੱਗੇ ਵੀ ਕਾਉਂਸਲਰ ਜਿਹੜਾ ਤੁਹਾਨੂੰ ਨਹੀਂ ਹੈਂਡਲ ਕਰ ਪਾ ਰਿਹਾ ਜਾਂ ਤੁਹਾਡੀ ਸਿਚੁਏਸ਼ਨ ਜਿਹੜੀ ਇਸ ਬਿਗਰ ਦੈਨ ਦੈਟ ਫਿਰ ਉਹ ਤੁਹਾਨੂੰ ਡਾਕਟਰ ਕੋਲ ਵਾਪਸ ਭੇਜਣਗੇ ਐਂਡ ਡਾਕਟਰ ਤੁਹਾਨੂੰ ਸਾਈਕੋਲੋਜਿਸਟ ਕੋਲ ਭੇਜੇਗਾ ਸਾਈਕੋਲੋਜਿਸਟ ਜਿਹੜਾ ਉਹ ਦਵਾਈ ਨਹੀਂ ਦਿੰਦਾ ਉਹ ਵੈਸੇ ਹੀ ਤੁਹਾਨੂੰ ਬੈਠ ਕੇ ਗੱਲ ਕਰਦਾ ਐਂਡ ਤੁਹਾਡੇ ਇਸ਼ੂਜ਼ ਨੂੰ ਸੋਰਟ ਆਊਟ ਕਰਕੇ ਤੁਹਾਨੂੰ ਹੈਲਪ ਕਰਦਾ ਅਤੇ ਫਿਰ ਜੇ ਲੱਗੇ ਸਾਈਕੋਲੋਜਿਸਟ ਨਾਲ ਵੀ ਨਹੀਂ ਗੱਲ ਬਣ ਰਹੀ ਦੈਨ ਫਿਰ ਦੈਨ ਦੇ ਸੈਂਡ ਯੂ ਟੂ ਸਾਈਕਾਇਟ੍ਰਿਸਟ ਕਈ ਵਾਰੀ ਡਾਕਟਰ ਨੂੰ ਪਤਾ ਹੁੰਦਾ ਕਿ ਸਿੱਧਾ ਹੀ ਤੁਹਾਨੂੰ ਸਾਈਕਾਇਟ੍ਰਿਸਟ ਕੋਲ ਭੇਜਦਾ ਅਤੇ ਉੱਥੇ ਫਿਰ ਉਹ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਨੇ ਅਤੇ ਨਾਲੇ ਤੁਹਾਨੂੰ ਮੈਡੀਕੇਸ਼ਨ ਵੀ ਪ੍ਰਸਕ੍ਰਾਈਬ ਕਰਦੇ ਨੇ ਸੋ ਪਹਿਲਾ ਫਸਟ ਸਟੈਪ ਕਾਉਂਸਲਰ ਦਾ ਹੁੰਦਾ ਹਾਂਜੀ ਤੁਹਾਡਾ ਰੋਲ ਕੀ ਹੁੰਦਾ ਕਿ ਐਡਵਾਈਸ ਕਰਨਾ ਜਾਂ ਸਿਚੁਏਸ਼ਨ ਜਿਹੜੀ ਕੋਈ ਕ੍ਰੀਏਟ ਹੋਈ ਉਸਨੂੰ ਸੋਲਵ ਕਰਨਾ
ਸਾਡਾ ਜਿਹੜਾ ਰੋਲ ਹੁੰਦਾ ਬੇਸਿਕਲੀ ਉਹਨਾਂ ਨੂੰ ਲਿਸਨ ਕਰਨਾ ਹੁੰਦਾ ਪਹਿਲਾਂ ਸੋ ਯੂ ਕੈਨ ਬਿਲਡ ਸਮ ਬੌਂਡ ਵਿਦ ਦੈਮ ਸਮ ਰਿਲੇਸ਼ਨਸ਼ਿਪ ਸੋ ਦੇ ਕੈਨ ਸਟਾਰਟ ਸ਼ੇਅਰਿੰਗ ਦੇਅਰ ਇਨਫੋਰਮੇਸ਼ਨ ਐਂਡ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਉਹ ਸ਼ੇਅਰ ਕਰਦੇ ਆ ਐਂਡ ਦੈਨ ਦੇ ਫੀਲ ਕਿ ਓਕੇ ਵਟ ਅਦਰ ਚੋਇਸਿਸ ਡੂ ਆਈ ਹੈਵ ਸੋ ਉਹਦੇ ਵਿੱਚ ਅਸੀਂ ਥੋੜ੍ਹੀ ਜਿਹੀ ਉਹਨਾਂ ਨੂੰ ਹੈਲਪ ਕਰ ਦਈ ਦੀ ਹੈ ਵੀ ਆਹ ਵੀ ਚੋਇਸ ਹੈਗੀ ਹੈ ਤੁਹਾਡੇ ਕੋਲ ਆਹ ਵੀ ਹੈਗੀ ਹੈ ਬਟ ਹਾਊ ਡੂ ਦੇ ਫੀਲ ਅਬਾਊਟ ਇਟ ਅਸੀਂ ਕਦੇ ਨਹੀਂ ਉਹਨਾਂ ਨੂੰ ਕਹਿੰਦੇ ਤੁਸੀਂ ਆਹ ਕਰੋ ਜਾਂ ਆਹ ਨਾ ਕਰੋ ਇਟਸ ਇੰਟਾਇਰਲੀ ਅਪ ਟੂ ਦੈਮ ਬਟ ਜੇ ਸਾਨੂੰ ਲੱਗੇ ਕਿ ਦੇਰ ਇਜ਼ ਅ ਡੇਂਜਰ ਇਨਵੋਲਵ ਦੈਨ ਵੀ ਰਿਫਰ ਦੈਮ ਟੂ ਡਾਕਟਰ ਸੋ ਤੁਸੀਂ ਚੋਇਸਿਸ ਆਫਰ ਕਰਦੇ ਹੋ ਆਈ ਨੋ ਵੀ ਜਸਟ ਆਸਕ ਦੈਮ ਵਟ ਚੋਇਸਿਸ ਦੇ ਥਿੰਕ ਦੇ ਹੈਵ ਓਕੇ ਓਕੇ ਸੋ ਕਈ ਵਾਰੀ ਉਹਨਾਂ ਦੇ ਆਪਣੇ ਆਪ ਉਹ ਇੰਨੀ ਦੂਰ ਨਹੀਂ ਸੋਚ ਸਕਦੇ ਅਤੇ ਜਦੋਂ ਤੁਸੀਂ ਉਹਨਾਂ ਨੂੰ ਕੁਐਸਚਨਸ ਪੁੱਛਦੇ ਹੋ ਓਪਨ ਐਂਡਡ ਕੁਐਸਚਨਸ ਸੋ ਫਿਰ ਉਹ ਦੂਰ ਤੱਕ ਸੋਚ ਸਕਦੇ ਉਹ ਚਾਹ ਵੀ ਮੇਰੇ ਕੋਲ ਆਪਸ਼ਨ ਹੈਗੀ ਆਹ ਵੀ ਮੇਰੇ ਕੋਲ ਪਰ ਵਿਚ ਵਨ ਸੂਟਸ ਦੈਮ ਦੇ ਡਿਸਾਈਡ ਵੀ ਡੋਂਟ ਡਿਸਾਈਡ ਐਨੀਥਿੰਗ ਫੋਰ ਦੈਮ ਬਟ ਕੁਆਇਟ ਇੰਟਰਸਟਿੰਗ ਕਿਉਂਕਿ ਆਮ ਤੌਰ 'ਤੇ ਖਾਸ ਤੌਰ 'ਤੇ ਸਾਊਥ ਏਸ਼ੀਅਨ ਅਤੇ ਇੰਡੋ ਕੈਨੇਡੀਅਨ ਭਾਈਚਾਰੇ 'ਚ ਇੱਕ ਇਹੀ ਇੰਪਰੈਸ਼ਨ ਹੈਗਾ ਕਿ ਕਾਉਂਸਲਰ ਕੋਲ ਗਏ ਖਾਸ ਤੌਰ 'ਤੇ ਮੈਟਰੀਮੋਨੀਅਲ ਜਦੋਂ ਕੋਈ ਡਿਸਪਿਊਟਸ ਹੈਗੇ ਨੇ ਤਾਂ ਉਸਦੇ ਵਿੱਚ ਕਾਉਂਸਲਰ ਨੇ ਤਾਂ ਪੱਠਾ ਹੀ ਬਿਠਾ ਦੇਣਾ ਇੱਕ ਆਮ ਤੌਰ 'ਤੇ ਗੱਲ ਬੈਠੀ ਹੋਈ ਕੀ ਕਾਰਨ ਤੁਸੀਂ ਸਮਝੋ ਜਦਕਿ ਤੁਹਾਡਾ ਰੋਲ ਤੁਸੀਂ ਕਿਹਾ ਕਿ ਇੰਡੀਪੈਂਡੈਂਟ ਹੈਗੇ ਹੋ ਤੁਸੀਂ ਪਾਰਟੀਸਨ ਨਹੀਂ ਹੈਗੇ ਤੁਸੀਂ ਸਿਰਫ ਉਹਨਾਂ ਨੂੰ ਦੱਸ ਰਹੇ ਹੋ ਚੋਇਸਿਸ ਜਿਹੜੀਆਂ ਅਵੇਲੇਬਲ ਨੇ ਫੈਸਲਾ ਉਹਨਾਂ ਨੇ ਹੀ ਕਰਨਾ ਹੈ ਪਰ ਕਿਉਂ ਇਹ ਥੋਪ ਦਿੱਤਾ ਜਾਂਦਾ ਕਿ ਕਾਉਂਸਲਰ ਜਿਹੜਾ ਉਹ ਆਪਣੀ ਸੋਚ ਜਿਹੜੀ ਉਹ ਥੋਪ ਰਿਹਾ ਹੈਗਾ ਇਹਨਾਂ ਦੀ ਕਿਉਂਕਿ ਉਹਦੇ ਵਿੱਚ ਇਦਾਂ ਹੁੰਦਾ ਹੈ ਕਿ ਇੱਕ ਪਰਸਨ ਜਿਹੜਾ ਉਹ ਸਫ਼ਰ ਕਰ ਰਿਹਾ ਹੁੰਦਾ ਦੂਸਰਾ ਸਫ਼ਰ ਕਰਵਾ ਰਿਹਾ ਹੁੰਦਾ ਹੈ ਸੋ ਜਿਹੜਾ ਸਫ਼ਰ ਕਰਵਾ ਰਿਹਾ ਹੈ ਜਿਹੜਾ ਸਾਰੀ ਪਾਵਰ ਉਹਦੇ ਕੋਲ ਹੈ ਦੂਸਰੇ ਕੋਲ ਬਿਲਕੁਲ ਪਾਵਰ ਨਹੀਂ ਹੈਗੀ ਉਹ ਪਾਵਰ ਵਾਲਾ ਇਨਸਾਨ ਜਿਹੜਾ ਉਹ ਲਾਈਕ ਨਹੀਂ ਕਰੇਗਾ ਕਿ ਦੂਸਰੇ ਨੂੰ ਉਹਦੀਆਂ ਚੋਇਸਿਸ ਦਾ ਪਤਾ ਲੱਗੇ ਸੋ ਸਿੰਪਲ ਐਜ਼ ਦੈਟ ਸੋ ਜਦੋਂ ਉਹਨਾਂ ਨੂੰ ਇਦਾਂ ਲੱਗਦਾ ਹੈ ਹਾਂਜੀ ਪਲੇਇੰਗ ਅ ਬਲੇਮ ਗੇਮ ਸੋ ਉਹਨਾਂ ਨੂੰ ਜਦੋਂ ਇਦਾਂ ਲੱਗਦਾ ਹੈ ਕਿ ਇਹਨਾਂ ਨੂੰ ਆਪਣੀਆਂ ਚੋਇਸਿਸ ਦਾ ਪਤਾ ਲੱਗ ਜਾਏਗਾ ਜਾਂ ਮੈਨੂੰ ਚੇਂਜ ਹੋਣਾ ਪਏਗਾ ਟੂ ਗਿਵ ਦੈਮ ਦੇਅਰ ਪਾਵਰ ਬੈਕ ਅਤੇ ਉਹ ਫਿਰ ਉਹ ਪਸੰਦ ਨਹੀਂ ਕਰਦੇ ਸੋ ਐਕਚੁਲੀ ਇਟਸ ਅ ਮਿਥ ਕੋਈ ਵੀ ਸੋਸ਼ਲ ਵਰਕਰ ਕੋਈ ਵੀ ਕਾਉਂਸਲਰ ਜਿਹੜੀ ਆ ਉਹ ਕਿਸੇ ਦੀ ਫੈਮਿਲੀ ਨਹੀਂ ਤੋੜ ਸਕਦੇ ਪ੍ਰੋਬਲਮ ਪਹਿਲਾਂ ਹੀ ਆਲਰੇਡੀ ਉੱਥੇ ਬਹੁਤ ਵੱਡੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਉਹ ਕਾਉਂਸਲਿੰਗ ਕੋਲ ਜਾਂਦੇ ਨੇ ਅਤੇ ਫਿਰ ਇੱਕ ਪਾਰਟਨਰ ਜਿਹੜਾ ਉਹ ਚਾਹੁੰਦਾ ਹੈ ਜਾਂ ਇੱਕ ਰੈਡੀ ਨਹੀਂ ਹੁੰਦਾ ਕਾਉਂਸਲਿੰਗ ਲਈ ਦੂਸਰਾ ਜਿਹੜਾ ਉਹ ਬਲੀਵ ਨਹੀਂ ਕਰਦਾ ਕਾਉਂਸਲਿੰਗ 'ਚ ਸੋ ਇਹ ਇੱਕ ਮਿਥ ਹੋ ਜਾਂਦਾ ਐਂਡ ਇਟਸ ਟਰੂ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਜਦੋਂ ਤੁਸੀਂ ਕਾਉਂਸਲਰ ਕੋਲ ਜਾਂਦੇ ਆ ਔਰ ਕਾਉਂਸਲਰ ਦੇ ਜਿਹੜੇ ਆਪਣੇ ਵਿਊ ਪੁਆਇੰਟਸ ਨੇ ਉਹ ਡਿਫਰੈਂਟ ਹੋ ਸਕਦੇ ਨੇ ਤੁਹਾਡੇ ਨਾਲੋਂ ਐਂਡ ਦੈਟ ਮੀਨਸ ਜੇ ਤੁਸੀਂ ਦੂਸਰੇ ਕਲਚਰ ਦੇ ਕਾਉਂਸਲਰ ਕੋਲ ਜਾਂਦੇ ਹੋ ਸੋ ਦੇ ਬਿਲੀਵ ਕਿ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ ਸੋ ਉਹ ਕਈ ਵਾਰੀ ਕਲੈਸ਼ ਆ ਜਾਂਦਾ ਸੋ ਜੇ ਤੁਹਾਨੂੰ ਲੱਗੇ ਕਿ ਜਿਹੜੀ ਤੁਹਾਡੀ ਕਾਉਂਸਲਿੰਗ ਹੈ ਇੱਕ ਪਾਸੇ ਨੂੰ ਸੁਣਿਆ ਜਾ ਰਿਹਾ ਦੂਜੇ ਪਾਸੇ ਨੂੰ ਨਹੀਂ ਸੁਣਿਆ ਜਾ ਰਿਹਾ ਇਟ ਕੈਨ ਹੈਪਨ ਵੀ ਆਰ ਹਿਊਮਨ ਬੀਇੰਗਸ ਐਂਡ ਦੈਨ ਮੇਕ ਸ਼ੋਰ ਦੈਟ ਯੂ ਟੇਕ ਫਿਊ ਸੈਸ਼ਨਸ ਐਂਡ ਦੈਨ ਯੂ ਕੈਨ ਚੂਜ਼ ਟੂ ਹੈਵ ਅਨਦਰ ਕਾਉਂਸਲਰ ਤੁਹਾਡੀ ਆਪਣੀ ਚੋਇਸ ਹੁੰਦੀ ਹੈ ਅਜੇ ਵੀ ਇਸ ਨੂੰ ਇੱਕ ਤਰ੍ਹਾਂ ਦਾ ਕਾਉਂਸਲਿੰਗ ਦੀ ਜਦੋਂ ਗੱਲ ਆਉਂਦੀ ਹੈ ਅਜੇ ਵੀ ਸਾਡੇ ਸਮਾਜ ਇਸ ਨੂੰ ਇੱਕ ਤਰ੍ਹਾਂ ਦਾ ਟੈਬੂ ਸਮਝਿਆ ਜਾਂਦਾ ਕਿ ਲੋਕ ਕੀ ਕਹਿਣਗੇ ਜੇਕਰ ਮੈਂ ਕਿਸੇ ਕਾਉਂਸਲਰ ਕੋਲ ਜਾਣਾ ਹਾਂਜੀ ਤੁਹਾਡਾ ਲੰਬਾ ਐਕਸਪੀਰੀਅੰਸ ਹੈਗਾ ਇਸ ਫੀਲਡ ਦੇ ਵਿੱਚ ਮੂਵਿੰਗ ਫਾਰਵਰਡ ਸਰਵਿਸਿਸ ਸੁਸਾਇਟੀ ਨਾਲ ਵੀ ਤੁਸੀਂ ਕੰਮ ਕਰਦੇ ਹੋ ਸੋ ਵਟ ਇਜ਼ ਯੋਰ ਓਪੀਨੀਅਨ ਅਬਾਊਟ ਇਟ ਇਹ ਟੈਬੂ ਕਿਉਂ ਹੈਗਾ ਅਤੇ ਇਹਨੂੰ ਸ਼ਨ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਇਹਦੀ ਇੰਪੋਰਟੈਂਸ ਕੀ ਹੈ ਇਹ ਟੈਬੂ ਜਿਹੜਾ ਹੈਗਾ ਕਿਉਂਕਿ ਮੋਸਟਲੀ ਅਸੀਂ ਜੁਆਇੰਟ ਫੈਮਿਲੀਆਂ 'ਚ ਰਹਿੰਦੇ ਸੀ ਐਂਡ ਇੱਕ ਦੂਸਰੇ ਨਾਲ ਗੱਲਬਾਤ ਕਰ ਲੈਂਦੇ ਸੀ ਇਹ ਮੇਨ ਰੀਜ਼ਨ ਹੈ ਕਿ ਘਰੇ ਕਿਉਂ ਨਹੀਂ ਗੱਲ ਸੋਲਵ ਕੀਤੀ ਜਾ ਸਕਦੀ ਅਤੇ ਇਹ ਇੱਕ ਮੇਨ ਰੀਜ਼ਨ ਹੈ ਕਿ ਵਾਈ ਵੀ ਡੋਂਟ ਬਿਲੀਵ ਕਿ ਕਾਉਂਸਲਿੰਗ ਦੀ ਕੀ ਲੋੜ ਹੈ ਬਿਕੋਜ਼ ਲੋਟ ਆਫ ਦੈਮ ਡੋਂਟ ਅੰਡਰਸਟੈਂਡ ਵਟ ਕਾਉਂਸਲਿੰਗ ਇਜ਼ ਐਂਡ ਸੈਕਿੰਡਲੀ ਇਹ ਟੈਬੂ ਬਹੁਤ ਸਾਲਾਂ ਤੋਂ ਹੈ ਜਦੋਂ ਕਿ ਵੈਨ ਆਈ ਬਿਕੇਮ ਅ ਕਾਉਂਸਲਰ ਵੈਨ ਆਈ ਬਿਕੇਮ ਅ ਸੋਸ਼ਲ ਵਰਕਰ ਇਟ ਵਾਜ਼ ਅ ਬਿਗ ਥਿੰਗ ਕਿ ਉਹ ਕੁੜੀ ਕਾਉਂਸਲਿੰਗ ਕਰੇਗੀ ਐਂਡ ਬੰਦਿਆਂ ਨਾਲ ਵੀ ਗੱਲ ਕਰੇਗੀ ਕੁੜੀਆਂ ਨਾਲ ਵੀ ਕਰੇਗੀ ਸੋ ਇਟ ਵਾਜ਼ ਵੈਰੀ ਬਿਗ ਥਿੰਗ ਐਂਡ ਮਾਈ ਫਾਦਰ ਵਾਜ਼ ਸੈਡ ਨਹੀਂ ਤੁਸੀਂ ਕਿਸੇ ਦੀ ਹੈਲਪ ਕਰਨੀ ਹੈ ਤਾਂ ਤੁਹਾਨੂੰ ਫਿਰ ਸਾਰਿਆਂ ਨਾਲ ਹੀ ਗੱਲ ਕਰਨੀ ਪੈਂਦੀ ਹੈ ਸੋ ਉਦੋਂ ਤਾਂ ਸੋਸ਼ਲ ਵਰਕਰ ਬਣਨ ਵੀ ਨਹੀਂ ਸੀ ਦਿੰਦੇ ਲਾਈਕ ਅੱਜ ਤੋਂ 30 ਸਾਲ ਪਹਿਲਾਂ ਅਤੇ ਹੁਣ ਤਾਂ ਦੇਰ ਮੈਨੀ ਸੋਸ਼ਲ ਵਰਕਰਸ ਐਂਡ ਮੈਨੀ ਕਾਉਂਸਲਰਸ ਅਤੇ ਉਸ ਤੋਂ ਬਾਅਦ ਇਹ ਜਿਹੜੀ ਹਜੇ ਟੈਬੂ ਹੈ ਇਹ ਸਟਿਲ ਐਗਜ਼ਿਸਟ ਕਿਉਂਕਿ ਲੋਟ ਆਫ ਪੀਪਲ ਡੋਂਟ ਅੰਡਰਸਟੈਂਡ ਕਿ ਅਸੀਂ ਬਾਹਰ ਵੀ ਇਸ ਬਾਰੇ ਗੱਲ ਕਰਕੇ ਅਤੇ ਇਨਫੋਰਮੇਸ਼ਨ ਐਂਡ ਮੇਨ ਜਿਹੜਾ ਰੀਜ਼ਨ ਹੈ ਕਿ ਆਈ ਪਰਸਨਲੀ ਥਿੰਕ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਇਨ ਡਿਨਾਇਲ ਹੈ ਮੰਨਣ ਨੂੰ ਤਿਆਰ ਨਹੀਂ ਅਸੀਂ ਕਿ ਵੀ ਸਿਚੁਏਸ਼ਨ ਖਰਾਬ ਹੈਗੀ ਕਿਸੇ ਵੀ ਬਾਰੇ ਉਹ ਭਾਵੇਂ ਡਰੱਗਸ ਦੀ ਹੋਵੇ ਤੇ ਭਾਵੇਂ ਉਹ ਡੋਮੈਸਟਿਕ ਵਾਇਲੈਂਸ ਦੀ ਹੋਵੇ ਜਾਂ ਹੋਰ ਕੋਈ ਇਸ਼ੂਸ ਹੋ ਹਾਂਜੀ ਡਿਨਾਇਲ ਜਿਹੜਾ ਉਹ ਇਸ ਚੀਜ਼ ਨੂੰ ਕੰਟੀਨਿਊ ਕਰ ਰਿਹਾ ਹਾਊ ਐਵਰ ਆਈ ਡੂ ਹੈਵ ਟੂ ਸੇ ਸਮਥਿੰਗ ਵੈਰੀ ਪੋਜ਼ਿਟਿਵ ਸਿੰਸ ਆਈਵ ਬਿਨ ਵਰਕਿੰਗ ਵਿਦ ਮੂਵਿੰਗ ਫੋਰਵਰਡ ਆਈ ਸੀ ਲੋਟ ਆਫ ਪੀਪਲ ਆਰ ਕਮਿੰਗ ਆਊਟ ਐਂਡ ਦੇ ਸੀਕਿੰਗ ਹੈਲਪ ਐਂਡ ਈਵਨ ਸੀਨੀਅਰਸ ਕਮਿੰਗ ਆਊਟ ਸੇਇੰਗ ਆਈ ਮਾਈ ਸਨ ਇਜ਼ ਨੋਟ ਵਰਕਿੰਗ ਐਂਡ ਵੀ ਥਿੰਕ ਦੇਰ ਇਜ਼ ਇਸ਼ੂ ਕੈਨ ਯੂ ਕਮ ਹੋਮ ਐਂਡ ਡੂ ਕਾਉਂਸਲਿੰਗ ਵਿਚ ਵੀ ਸੇ ਨੋ ਸੋ ਦੇ ਡੈਫੀਨਟਲੀ ਹੈਵ ਟੂ ਮੋਟੀਵੇਟ ਦੈਮ ਟੂ ਬ੍ਰਿੰਗ ਦੈਮ ਟੂ ਦਾ ਆਫਿਸ ਔਰ ਮੇ ਬੀ ਦੇ ਟੇਕ ਦੈਮ ਟੂ ਡਾਕਟਰ ਸੋ ਅੱਗੇ ਨਾਲੋਂ ਫਰਕ ਪੈ ਰਿਹਾ ਡਾਕਟਰਸ ਵੀ ਜਿਹੜੇ ਆ ਉਹ ਦੇ ਬਿਕਮਿੰਗ ਵੇ ਮੋਰ ਅਵੇਅਰ ਐਂਡ ਦੇ ਆਰ ਰਿਫਰਿੰਗ ਦੈਮ ਟੂ ਕਾਉਂਸਲਰਸ ਐਸ ਵੈਲ
ਸੋ ਟਾਈਮ ਦੇ ਨਾਲ ਚੇਂਜ ਆ ਰਿਹਾ ਅਤੇ ਤੁਸੀਂ ਆਸਮੰਦ ਹੈਗੇ ਹੋ ਕਿ ਹੋਰ ਲੋਕ ਖੋਲ੍ਹਣਗੇ ਅਤੇ ਜਿਹੜੀਆਂ ਸਮੱਸਿਆਵਾਂ ਨੇ ਉਹ ਕਾਊਂਸਲਰਸ ਕੋਲ ਆ ਕੇ ਡਿਸਕਸ ਕਰਨਗੇ? ਹਾਂਜੀ, ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਮ ਦੇ ਕਾਊਂਸਲਰਸ ਅੱਜ ਅਸੀਂ ਦੇਖਦੇ ਹਾਂ, ਕੋਈ ਕਲੀਨਿਕਲ ਕਾਊਂਸਲਰ ਹੈ, ਕੋਈ ਮੈਰਿਜ ਕਾਊਂਸਲਰ, ਕੋਈ ਥੈਰੇਪੀ ਕਾਊਂਸਲਰ, ਕਈ ਚੀਜ਼ਾਂ ਜਿਹੜੀਆਂ ਨੇ। ਹਾਂਜੀ, ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਇਸ ਬਾਰੇ ਅਸੀਂ ਵਿਸਥਾਰ ਵਿੱਚ ਡਿਸਕਸ ਕਰਨਾ ਚਾਹਾਂਗੇ ਕਿ ਕਿਹੜੇ ਕਿਹੜੇ ਆਪਸ਼ਨਸ ਅਵੇਲੇਬਲ ਹੈਗੇ ਨੇ ਲੋਕਾਂ ਕੋਲ ਜਿਹਦਾ ਕਿ ਉਹ ਬੈਨੀਫਿਟ ਲੈ ਸਕਦੇ ਨੇ। ਤੁਹਾਡਾ ਧੰਨਵਾਦ ਇਸ ਪਰਸਪੈਕਟਿਵ ਨੂੰ ਅੱਗੇ ਲਿਆਉਣ ਲਈ। ਥੈਂਕ ਯੂ ਫੋਰ ਯੂਰ ਟਾਈਮ। ਥੈਂਕ ਯੂ।